ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਫੇਰ ਇੱਕ ਵਾਰ ਹਾਜ਼ਰ ਹਾਂ ਲਰਨ ਪੰਜਾਬੀ ਵਿਦ ਰਾਜਵਿੰਦਰ ਮੈਮ। ਅੱਜ ਆਪਾਂ ਗੱਲ ਕਰਦੇ ਹਾਂ 10ਵੀਂ ਜਮਾਤ ਦੀ ਸਾਹਿਤਿਕ ਰੰਗ ਭਾਗ 2 ਦੀ, ਜਿਸ ਦੇ ਵਿੱਚ ਇੱਕ ਕਹਾਣੀ ਹੈ ਈਅਰਫੋਨ, ਜਿਸ ਦਾ ਲੇਖਕ ਹੈ ਬਲਵਿੰਦਰ ਸੋਢੀ। ਉਸ ਕਹਾਣੀ ਨੂੰ ਕਲਾ ਇਕੱਤਰਤਾ ਗਤੀਵਿਧੀ ਦੇ ਤਹਿਤ ਇੱਕ ਕਹਾਣੀ ਤੋਂ ਕਵਿਤਾ ਦੇ ਰੂਪ ਦੇ ਵਿੱਚ ਬਦਲ ਕੇ ਪੇਸ਼ ਕਰਨ ਜਾ ਰਹੀ ਹਾਂ, ਧਿਆਨ ਨਾਲ ਸੁਣਨਾ। ਮਾਪਿਆਂ ਦੀ ਇਕਲੌਤੀ ਧੀ ਸੀ ਉਹ, ਮਾਪਿਆਂ ਦੀ ਇਕਲੌਤੀ ਧੀ ਸੀ ਉਹ, ਨਾ ਸੀ ਉਸਦਾ ਮੀਨਾਕਸ਼ੀ। ਸੁਭਾਅ ਦੀ ਉਹ ਬਹੁਤੀ ਅੜੀਅਲ, ਸੁਭਾਅ ਦੀ ਉਹ ਬਹੁਤੀ ਅੜੀਅਲ, ਪਰ ਵਿੱਚ ਪੜ੍ਹਾਈ ਸੀ ਹੁਸ਼ਿਆਰ। ਸਾਰਾ ਦਿਨ ਉਹ ਸੁਣਦੀ ਈਅਰਫੋਨ ਤੇ ਗਾਣੇ, ਨਾ ਉਹ ਕਿਸੇ ਦੀ ਮੰਨੇ, ਬਸ ਆਪਣੀ ਗੱਲ ਪਛਾਣੇ। ਮਾਂ ਬਾਪ ਨੇ ਸੀ ਬਹੁਤ ਸਮਝਾਇਆ, ਮਾਂ ਬਾਪ ਨੇ ਸੀ ਬਹੁਤ ਸਮਝਾਇਆ, ਪਰ ਉਸਦੀ ਸਮਝ ਵਿੱਚ ਨਾ ਕੁਝ ਆਇਆ। ਬਾਰਵੀਂ ਦੇ ਪੇਪਰ ਦੇ ਕੇ ਗਈ ਉਹ ਭੂਆ ਘਰ, ਹੁਣ ਤਾਂ ਬਸ ਮੌਜਾਂ ਹੀ ਮੌਜਾਂ, ਉਸਨੂੰ ਨਹੀਂ ਸੀ ਕਿਸੇ ਦਾ ਡਰ। ਨਤੀਜਾ ਜਦ ਆਇਆ ਉਸਦਾ, ਉਹ ਸੀ ਨੰਬਰ 1। ਮਾਪਿਆਂ ਅੱਗੇ ਰੱਖ ਦਿੱਤੀ ਸੀ ਉਸ ਨਵੇਂ ਫੋਨ ਦੀ ਮੰਗ। ਨਾਲ ਮਾਪਿਆਂ ਇੱਕ ਦਿਨ ਜਦੋਂ ਉਹ ਗਈ ਬਾਜ਼ਾਰ ਲੈਣ ਸਮਾਨ, ਕੰਨਾਂ ਵਿੱਚ ਸੀ ਈਅਰਫੋਨ, ਜਾ ਰਹੀ ਸੀ ਵਿੱਚ ਬਾਜ਼ਾਰ। ਜਾਵਤ ਜੀ ਵਿੱਚ ਮੋਟਰਸਾਈਕਲ ਜਦ ਲੱਗੀ ਸੀ ਉਹ ਸੜਕ ਕਰਨ ਪਾਰ, ਸੱਜੀ ਲੱਤ ਟੁੱਟ ਕੇ ਉਸਦੀ ਹੋ ਗਈ ਸੀ ਲਹੂ ਲਹਾਣ। ਰਾਜ ਆ ਗਈ ਸੀ ਉਸਦੀ ਅਕਲ ਟਿਕਾਣੇ ਜਦ ਕਰਨਾ ਪਿਆ ਸੀ 3 ਮਹੀਨੇ ਉਸਨੂੰ ਬਿਸਤਰੇ ਤੇ ਆਰਾਮ। ਲਿਖ ਗਿਆ ਬਲਵਿੰਦਰ ਸੋਢੀ ਈਅਰਫੋਨ ਕਰ ਦਿੰਦੇ ਨੇ ਕੰਨਾਂ ਦਾ ਨੁਕਸਾਨ। ਧੰਨਵਾਦ।